ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਭਾਟਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਮੂਹ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਸੰਬੰਧ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨੂੰਨੀ ਲੜਾਈ ਵਿੱਚ ਕਮੇਟੀ ਦਾ ਸਾਥ ਦੇਣ ਜਿਸ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਵੱਲੋਂ ਇਸ ਲਈ ਕੋਸ਼ਿਸ਼ ਕਰਨਗੇ। ਦੇਖੋ ਜੀ, ਇਹ ਮੁੱਦਾ ਬੜਾ ਅਹਿਮ ਮੁੱਦਾ ਹੈ ਔਰ ਮੁੱਦਾ ਕੋਈ ਇਕੱਲਾ ਖੜਕਲ ਕਲਾਂ ਵਾਸਤੇ ਜਾਂ ਪੰਜਾਬ ਵਾਸਤੇ, ਇਹ ਸਾਰੇ ਦੇਸ਼ ਵਾਸਤੇ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਮੈਂ ਇਹ ਵੀ ਸਮਝਦਾ ਕਿ ਇਹ ਸ਼ਹੀਦਾਂ ਦੇ ਕਰਕੇ ਹੀ ਦੇਸ਼ ਆਜ਼ਾਦ ਹੋਇਆ, ਜਿਹਦਾ ਆਨੰਦ ਅਤੇ ਸੁੱਖ ਅਸੀਂ ਮਾਣ ਰਹੇ ਹਾਂ। ਸ਼ਹੀਦਾਂ ਨੂੰ ਇਹ ਨਹੀਂ ਸੀ ਕਿ ਸਾਨੂੰ ਕੋਈ ਸ਼ਹੀਦ ਰਿਕਗਨਾਈਜ਼ ਕਰੇ, ਪਰ ਆਪਣਾ ਫਰਜ਼ ਬਣਦਾ ਹੈ, ਇਹ ਤਾਂ ਬਣਦਾ ਕਿ ਆਉਣ ਵਾਲੀਆਂ ਨਸਲਾਂ ਨੂੰ ਵੀ ਇਹ ਪਤਾ ਲੱਗੇ। ਔਰ ਮੈਂ ਤਾਂ ਇੱਥੋਂ ਇਹ ਵੀ ਹੈ ਵੀ ਆਪਣੀ ਜਿਹੜੀ ਪੜ੍ਹਾਈ ਹੁੰਦੀ ਹੈ ਉਹਦੇ ਸ਼ਹੀਦ ਭਗਤ ਸਿੰਘ ਇਹ ਸਾਰੇ ਸ਼ਹੀਦਾਂ ਦਾ ਇੱਕ ਹਿਸਟਰੀ ਉੱਥੇ ਲਿਖੀ ਜਾਵੇ।